ਸਬਸਕ੍ਰਾਈਬ ਕਰੋ ਖਦਰਾ ਐਲਐਸਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਪੰਜਾਬੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਆ ਚੈਨਲ ਤੇ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਅੱਜ ਦੀ ਵੀਡੀਓ ਮੌਸਮ ਬਾਰੇ ਹੈ ਜੀ ਜਿਵੇਂ ਕਿ ਪਤਾ ਹੀ ਹੈ ਕਿ ਮੌਸਮ ਥੋੜਾ ਚੱਲ ਰਿਹਾਗਾ ਧੂੜ ਭਰੀਆਂ ਹਨੇਰੀਆਂ ਕਿਤੇ ਕਿਤੇ ਕੰਮਣਕਾਣੀ ਵੀ ਹੋ ਰਹੀ ਹੈ ਇਹ ਪੂਰਾ ਹਫਤਾ ਲਗਭਗ 15-16 ਮਈ ਤੱਕ ਮਈ ਦੇ ਅੱਧ ਤੱਕ ਮੀਂਹ ਦੀ ਸੰਭਾਵਨਾ ਰਹੇਗੀ ਕਿਤੇ ਦਰਮਿਆਨਾ ਕਿਤੇ ਭਾਰੀ ਤੇ 60-70 ਕਿਲੋਮੀਟਰ ਤੋਂ ਲੈ ਕੇ 100 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਹਵਾਵਾਂ ਨੇਹਰੀਆਂ ਚੱਲ ਸਕਦੀਆਂ ਨੇ ਤੇ 10 ਤੇ 11 ਮਈ ਨੂੰ ਜਿਹੜੇ ਪੂਰੇ ਪੰਜਾਬ ਤੇ ਇਹਦੇ ਨਾਲ ਲੱਗਦੇ ਹਿੱਸਿਆਂ 'ਚ ਮੀਂਹ ਦੀ ਸੰਭਾਵਨਾ ਹੈਗੀ ਕਿਉਂਕਿ ਕਿਤੇ ਕਿਤੇ ਸ਼ਰਾਟਾਂ ਨਾਲ ਜਿਹੜੀ ਕਿਣਮਣਕਾਣੀ ਹੋ ਸਕਦੀ ਹੈ 12 13 14 ਤੇ 15 ਮਈ ਨੂੰ ਪੂਰੇ ਸੂਬੇ 'ਚ ਬਰਸਾਤੀ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਮੀਂਹ ਦੀ ਪੂਰੀ ਸੁਭਾਵਨਾ ਹੈ ਕਿ ਵੀ ਜਿਹਦੇ ਨਾਲ ਗਰਮੀ ਤੋਂ ਵੀ ਰਾਹਤ ਮਿਲੇਗੀ ਤੇ 10 ਤੋਂ ਜਿਹੜਾ 15 ਮਈ ਤੱਕ ਸੂਰਜ ਚੜ੍ਹਨ ਦਾ ਐਵਰੇਜ ਸਵਾ ਉਸਤਨ ਇਸ ਹਫ਼ਤੇ ਦਾ ਉਹ ਸਵੇਰੇ 5:36 ਨੂੰ ਚੜ੍ਹੇਗਾ ਸੂਰਜ ਤੇ 7:15 ਮਿੰਟ ਤੱਕ ਛਿਪੇਗਾ ਇਸ ਹਫ਼ਤੇ ਵੱਧ ਤੋਂ ਵੱਧ ਤਾਪਮਾਨ 37 ਤੇ ਘੱਟੋ-ਘੱਟ 24 ਡਿਗਰੀ ਰਹਿਣ ਦੀ ਸੁਭਾਵਨਾ ਹੈ ਵੈਸੇ ਇਹ 24 ਪਹਿਲਾਂ 27 28 ਸੀ ਘੱਟੋ-ਘੱਟ ਤੇ ਵੱਧ ਤੋਂ ਵੱਧ 42 ਤੱਕ ਵਗ ਗਿਆ ਸੀ ਪਰ ਇਹ ਮੀਂਹ ਦੇ ਨਾਲ ਜਿਹੜਾ ਤਾਪਮਾਨ ਘਟਣ ਦੀ ਸੁਭਾਵਨਾ ਹੈਗੀ ਤੇ 15-16 ਮਈ ਨੂੰ ਪੂਰ ਸੁਭਾਵਨਾ ਸਾਰੇ ਪੰਜਾਬ ਚ ਮੀਂਹ ਦੀ ਤੇ ਇਹ 9 ਮਈ ਤੋਂ ਸ਼ੁਰੂਆਤ ਹੋ ਚੁੱਕੀ ਹੈ ਦੀ ਤੇ ਸਾਰੇ ਪੰਜਾਬ ਚ ਕਿਤੇ ਕਣਮਣਕਾਣੀ ਕਿਤੇ ਮੀਂਹ ਕਿਤੇ ਹਨੇਰੇ ਇਸ ਤਰ੍ਹਾਂ ਚੱਲਦਾ ਰਹੂਗਾ ਇਹ ਪੂਰਾ ਹਫਤਾ ਤੇ ਜੋ ਕਿਸਾਨ ਨਰਮਾ ਬੀਜ ਰਹੇ ਹੈ ਕਿ ਉਹਨਾਂ ਨੂੰ ਵੀ ਇਹਦੀ ਟੈਨਸ਼ਨ ਹੈ ਕਿ ਨਰਮਾ ਕਰੰਡ ਹੋ ਰਿਹਾਗਾ ਤੇ ਬਾਕੀ ਸਬਜ਼ੀਆਂ ਲਈ ਇਹ ਲਾਹੇਵੰਦ ਹੈ ਮੀਂਹ ਕਣਮਣਕਾਣੀ ਕਿਉਂਕਿ ਗਰਮੀ ਤੋਂ ਰਾਹਤ ਮਿਲੂਗੀ ਤੇ ਸਬਜ਼ੀਆਂ ਬੱਲਾਂ ਲਾ ਲੋ ਹੋਰ ਵੀ ਭਿੰਡੀ ਹੋਰ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਉਹਨਾਂ ਦੀ ਗਰੋਥ ਆ ਛੇਤੀ ਹੋਊਗੀ ਜੇ ਕਰਮੀ ਪੈਂਦਾ ਤੇ ਪਰ ਜਿਹੜੇ ਨਰਮੇ ਉਹਨਾਂ ਦੀ ਉਹਨਾਂ ਦੀ ਕਰੰਡ ਹੋਣ ਦੀ ਵੀ ਸੁਭਾਵਨਾ ਹੈਗੀ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੇ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਵੀ ਕਰ ਸਕਦੇ ਹੋ ਤੁਸੀਂ ਕਿ ਕਿੱਥੇ ਮੀਂਹ ਪੈ ਰਿਹਾ ਹੈ ਜਾਂ ਤੁਹਾਡਾ ਕਿਹੜਾ ਏਰੀਆ ਹੈ ਕਿਹੜੇ ਦਿਨੇ ਮੀਂਹ ਆ ਰਿਹਾ ਹੈ ਜਾਂ ਇਹ ਟਾਈਮ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਮੀਂਹ ਪੈ ਰਿਹਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੇ ਜ਼ਿਲ੍ਹੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ